बुलाते लोग प्यार से दस आनंद मुझे नाम से, बुलाते लोग प्यार से दस आनंद मुझे नाम से। ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਭੀਮ ਸੈਨ ਖੱਤਰੀ। ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਦੁਸ਼ਹਿਰਾ? ਦੇਖੋ ਜੀ, ਤਿਆਰੀ ਤੋਂ 20-25 ਦਿਨ ਹੋ ਗਏ ਕੰਮ ਕਰਤੇ ਹੋ। ਪਹਿਲੇ ਬਾਂਸ ਕੀ ਚਿਰਾਈ ਕਰੀ, ਉਸਕੇ ਬਾਅਦ ਜੋ ਉਨਕੀ ਫਿਟਿੰਗ ਹੈ, ਅਲੱਗ ਅਲੱਗ ਜੋ ਬਣਾਇਆ, ਚਿਹਰਾ ਅਲੱਗ ਬਣਾਇਆ, ਧੜ ਅਲੱਗ ਹੈ, ਪੈਰ ਹੈ ਔਰ ਹੱਥ ਹੈ, ਸਭ ਕੁਝ ਅਲੱਗ ਅਲੱਗ ਬਣਾਏ। ਕਿੰਨੇ ਜਣੇ ਲੱਗੇ ਹੋਏ ਇੱਥੇ? ਅਸੀਂ 3 ਜਣੇ। ਕਦੋਂ ਤੋਂ, ਕਿੰਨੀ ਤਰੀਕ ਤੋਂ ਲੱਗੇ ਸੀ? ਇਹ ਦੇਖੋ 11 ਤਰੀਕ। ਤੇ ਤਿਆਰੀਆਂ ਕਦੋਂ ਤੱਕ ਹੋ ਜਾਣਗੀਆਂ ਪੂਰੀਆਂ? ਇਹ ਦੇਖੋ ਜੀ, ਕੱਲ ਪੂਰੀਆਂ ਹੋਣਗੀਆਂ, ਕੰਪਲੀਟ ਹੋ ਜਾਏਗਾ ਕੱਲ। ਧਰਮ ਦੁਸ਼ਹਿਰਾ ਕਮੇਟੀ, ਜਿਸ ਤਰ੍ਹਾਂ ਹੋਏ ਦੁਸ਼ਹਿਰਾ ਬਣਾਇਆ ਜਾਂਦਾ, ਯਾਨੀ ਗੱਛੇ ਵਾਲੀ ਰਾਮਲੀਲਾ। ਕਿੱਥੇ ਮਨਾਇਆ ਜਾਏਗਾ? ਇਹ MR ਕਾਲਜ ਪਲੇ ਗਰਾਊਂਡ ਚ। ਕਿੰਨੀ ਉਚਾਈ ਰਹੇਗੀ ਇਹਨਾਂ ਦੀ? ਇਹਨਾਂ ਦੀ 45 ਫੁੱਟ। ਸਿਰ ਬਣਾ ਰਹੇ ਸੀ? ਇਹ ਦੇਖੋ ਜੀ, ਸਰੂਪਨਗਾ ਦਾ ਸਿਰ ਬਣਾ ਰਹੇ ਹਾਂ, ਜਿਹੜੀ ਕਿ ਲੰਕਾ ਚ ਘੁੰਮਦੀ ਹੋਈ ਸਾਰੇ ਸੈਨਿਕਾਂ ਨੂੰ ਇਕੱਠੇ ਕਰਕੇ ਲੜਾਈ ਵਾਸਤੇ ਜਾਣਗੇ। ਇਹ ਕਦੋਂ ਜਾਣਗੇ? ਇਹ ਦੇਖੋ ਦੁਸ਼ਹਿਰੇ ਵਾਲੇ ਦਿਨ 5 ਤਰੀਕ ਬੁੱਧਵਾਰ ਦੁਸ਼ਹਿਰਾ ਗਰਾਊਂਡ ਜਾਏਗੀ, ਸਾਰੇ ਰਾਕਸ਼ਸਾਂ ਨੂੰ ਮਰਵਾਏਗੀ। ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਇਹ ਦੇਖਣਾ ਹੈ, ਬੁਰਾਈ ਪੇ ਅੱਛਾਈ ਕੀ ਜੀਤ, ਜੋ ਬੁਰਾ ਕੰਮ ਕਰੇਗਾ ਉਸਕਾ ਰਿਜ਼ਲਟ ਬੁਰਾ ਹੀ ਬੁਰਾ ਹੈ।